ਓਏ ਵਿਦਿਆ ਰਾਣੀ, ਓਏ ਮੇਰੀ ਵਿਦਿਆ, ਮੇਰੀ ਵਿਦਿਆ ਨਾਲ ਹੀ ਵਿਦਿਆ ਵਿਦਿਆ ਕਹਿੰਦੇ ਪਾਪਾ ਪਾਪਾ ਕਹਿਣ ਲੱਗ ਗਈ ਵਿਦਿਆ ਮਾਮੂ ਕੰਮ ਕਰਨਾ ਕੰਮ ਲੱਗ ਗਿਆ ਮੈਂ ਕੰਮ ਚ ਰਹਿ ਕਰੂ ਸ਼ਾਬਾਸ਼ ਹਾਂਜੀ ਬਾਈ ਜੀ ਇਹ ਸਾਡੀ ਭੈਣ ਆ ਜੀ ਅਮਨ ਗੁਰੂ ਹਰ ਸਹਾਏ ਤੋਂ ਆਈ ਸੀ ਸਾਡੀ ਭੈਣ ਤੇ ਨਾਲ ਸਾਡੀ ਨਿੱਕੀ ਜੀ ਵਿਦਿਆ ਆਈ ਸੀ ਵਿਦਿਆ ਵਿਦਿਆ ਨਾਲ ਕੰਨ ਜੇ ਪੱਗਾ ਹੀ ਕਿਵੇਂ ਇਹੀ ਹੁੰਦੇ ਕੰਨ ਮੈਂ ਕੋਈ ਡਰ ਨਹੀਂ 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 ਬਿਲਕੁਲ ਠੀਕ ਹੈ ਕੰਨ ਬਾਈ ਜੀ ਇੱਕ ਗੱਲ ਤੁਹਾਨੂੰ ਹੋ ਗਿਆ ਸੁਣੀ ਤੁਹਾਨੂੰ ਵੱਗੀ ਹੋ ਗਈ ਜੇ ਪਾਪਾ ਦਾ ਪਗ ਲੱਗ ਗਿਆ ਫਿਰ ਜਵਾਬ ਕੀ ਦਊਂਗੀ ਮੈਂ ਦੇਊਂਗਾ ਜਵਾਬ ਇਹਨੂੰ ਵੀ ਤੇਰੇ ਪਾਪਾ ਦੀ ਡੈਥ ਹੋ ਗਈ ਕਿਉਂ ਨੀ ਜਵਾਬ ਮੇਰੇ ਪਾਪਾ ਦੀ ਡੈਥ ਹੋ ਗਈ ਮੇਰੀ ਮੰਮੀ ਨੇ ਮੈਨੂੰ ਦੱਸਤਾ ਪਾਪਾ ਦੀ ਡੈਥ ਹੋ ਗਈ ਤੂੰ ਵੀ ਦੱਸ ਦੀ ਵੀ ਤੇਰੇ ਪਾਪਾ ਦੀ ਡੈਥ ਹੋ ਗਈ ਹਾਂਜੀ ਬਾਈ ਜੀ ਫਿਰ ਇਹੋ ਜਿਹੀ ਗੱਲਾਂ ਕਦੋਂ ਸੋਚਦੀ ਆ ਤੂੰ ਬਾਈ ਜੀ ਮੈਂ ਕਿਹਾ ਕਈ ਰੋਵੇ ਹੈ ਨਹੀਂ ਹਾਂਜੀ ਬਾਈ ਤੇਰੀ ਕੁੜੀ ਤਾਂ ਬਾਲੀ ਸਿਆਣੀ ਆ ਵੱਡੀ ਹੋ ਕੇ ਦੇਖੀ ਇਹਨੇ ਵਿਦਿਆ ਨੇ ਕਿੰਨੀ ਸਿਆਣੀ ਬਣਨਾ ਬਾਈ ਜੀ ਕੀ ਬਣਾਣਾ ਅਫਸਰ ਬਣਾਉਣਾ ਹੈ ਅਫਸਰ ਬਣਾਉਣਾ ਹੈ ਹਾਂਜੀ ਠੀਕ ਬਣਾਣਾ ਖਵਾਣਾ ਇਹਨੂੰ ਵੱਡੂ ਮੇਰੀ ਭਾਣਜੀ ਆ ਮੈਂ ਬਣਾਵਾਂਗਾ ਬਾਈ ਜੀ ਅੰਗੂਠਾ ਪਾਉਂਗੇ ਨੋ ਜੀ ਮੈਂ ਅੰਗੂਠਾ ਨੀ ਪਾਉਣਾ ਮੂੰਹ ਚ ਨਾ 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 ਮੂੰਹ ਚ ਨੀ ਪਾਉਣਾ ਹੱਥ ਬਾਈ ਜੀ ਨੌ ਵਰੇ ਨਹੀਂ ਨਹੀਂ ਕੱਟੇ ਹੋਏ ਨੌ ਦਿਨ ਕੱਟੇ ਤਾਂ ਸੀਗੇ ਮੇਰੀ ਮਾਂ ਕੀ ਮੇਰਾ ਮੂੰਹ ਸਿਰ ਠੀਕ ਆ ਇਹਦੇ ਅੰਗ ਕਮੜੀਏ ਜਮਾ ਠੀਕ ਆ ਕੁਛ ਨੀ ਹੋਇਆ ਤੁਰੂ ਗਏ ਛੋਟੀ ਹੈ ਤੁਰਨਾ ਕਿਤੋਂ 7 ਮਹੀਨੇ ਦੀ ਤਾਂ ਹੈਗੀ ਹਜੇ ਵਿਦਿਆ ਚੱਲ ਜਾ ਆਪਦੀ ਮੰਮੀ ਕੋਲ ਜਾ ਵਿਦਿਆ ਮੰਮਾ ਕੋਲ ਜਾ ਚਲੋ ਕਿੰਨੇ ਮਾਮੂ ਹੋ ਗਏ ਓਏ ਸਿਮਰਨ ਤੇਰੀ ਚੱਪਲਾਂ ਕਿੱਥੇ ਆ ਚੱਲ ਚੱਪਲਾਂ ਪਾ ਕੇ ਚੱਲ ਚੱਪਲਾਂ ਪਾ ਚੱਲ ਹੁਣ ਸਵੇਰੇ ਸਵੇਰੇ ਜਿਵੇਂ ਸਲਾਦ ਵੰਡਿਆ ਜਾ ਰਿਹਾ ਸਾਰਿਆਂ ਨੂੰ ਹਨਾ ਖੀਰੇ ਦਾ ਸਲਾਦ ਸਤਿ ਸ੍ਰੀ ਅਕਾਲ ਕੁਲਵੰਤ ਭੈਣੇ ਹੁਣ ਜਿਵੇਂ ਕੋਈ ਕਿਵੇਂ ਆ ਗੱਗੂ ਕਿਵੇਂ ਆ ਰੂਹੀ ਭੈਣ ਸਾਰਾ ਦਿਨ ਗੱਗੂ ਦਾ ਖਿਆਲ ਰੱਖ ਦੇਗਾ ਕਹਿੰਦਾ ਕੁੜੇ ਭਜਨੋ ਤਕੜੀ ਆ ਸਤਿ ਸ੍ਰੀ ਅਕਾਲ ਇਹ ਨਾਨੀ ਦੋਤੀ ਇਕੱਠੀਆਂ ਰਹਿੰਦੀਆਂ ਇਹ ਜਦੋਂ ਲੈ ਕੇ ਆਏ ਸ਼ਿਵਾਨੀ ਨੂੰ ਇਹਨੂੰ ਇਹਦੀ ਸ਼ਕਲ ਮਾਤਾ ਦੀ ਲੱਗੀ ਮੇਰੀ ਨਾਨੀ ਅਰਗੀ ਇਹਨੂੰ ਨਾਨੀ ਕਹਿਣ ਲੱਗ ਗਈ ਹੁਣ ਇਹ ਨਾਨੀ ਦੋਤੀਆਂ ਦਾ ਮੰਜਾ ਵੀ ਇਕੱਠਿਆਂ ਦਾ ਹੀ ਆ ਖਾਣਾ ਵੀ ਇਕੱਠਿਆਂ ਨੇ ਆ ਜੋ ਵੀ ਬਹਿਣਾ ਗੱਲਾਂ ਕਰਨੀ ਉਹ ਵੀ ਇਕੱਠਿਆਂ ਨੇ ਕਰਨੀ ਚੱਲ ਨਹੀਂ ਮੈਂ ਨੀ ਖਾਣਾ ਕੁਲਵਿੰਦਰ ਭੈਣੇ ਸਤਿ ਸ੍ਰੀ ਅਕਾਲ ਸ਼ਾਬਾਸ਼ ਤੂੰ ਸੇਵਾ ਕਰਦੀ ਆ ਭਰਦੇ ਸਤਿ ਸ੍ਰੀ ਅਕਾਲ ਹੁਣ ਸਾਡੀ ਸੰਗੀਤਾ ਭੈਣ ਇੱਥੇ ਸੇਵਾ ਕਰਦੀ ਆ
ਮੁੱਖ ਇੰਚਾਰਜ ਸਾਡੀ ਸੰਗੀਤਾ ਭੈਣ ਆ ਹੁਣ ਇੱਥੇ, ਸੰਗੀਤਾ ਗੁਪਤਾ। ਹਾਂ ਚੱਲੇਗੇ, ਚਲੇ ਕਰਾਂ ਲੈ ਕੇ ਆਉਂਦੇ ਸਮਾਨ ਜਾ ਕੇ ਜਰਾ। ਹੁਣ ਬੱਚਿਆਂ ਨੂੰ ਛੁੱਟੀਆਂ ਹੋਣਗੀਆਂ ਨਾ ਜਦੋਂ, ਫਿਰ ਚੱਲਾਂਗੇ। ਸਤਿ ਸ੍ਰੀ ਅਕਾਲ ਕਰਨ, ਸਤਿ ਸ੍ਰੀ ਅਕਾਲ। ਇਹ ਕਰਮਜੀਤ ਭੈਣ ਆ ਸਾਡੀ, ਭੈਣ ਦੀ ਡਿਊਟੀ ਆ ਬੱਚਿਆਂ ਨੂੰ ਸੰਭਾਲਣ ਦੀ ਆ। ਸਾਰਾ ਦਿਨ ਨੇ ਛੋਟੇ ਬੱਚਿਆਂ ਨੂੰ ਖਾਣਾ ਪੀਣਾ, ਰੋਟੀ ਨਮਾਉਣਾ, ਸਿਰ ਬਾਹਣੇ, ਕੱਪੜੇ ਚੇਂਜ ਕਰਾਉਣੇ, ਜੇ ਕਿਸੇ ਨੇ ਟੋਇਲਟ ਵਾਸ਼ਰੂਮ ਕੀਤਾ ਉਹਨਾਂ ਦੀ ਕਲੀਨਿੰਗ ਕਰਾਉਣੀ, ਸਾਰਾ ਦਿਨ ਇਹ ਭੈਣ ਸਾਡੀ ਕਰਮਜੀਤ ਭੈਣ ਸਪੈਸ਼ਲ ਇਕੱਲੇ ਬੱਚਿਆਂ ਨੂੰ ਸਾਂਭਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕਿਵੇਂ ਸ਼ਿਵਸ਼ਾਲਾ, ਕਾਪੀ ਕਿਤਾਬ ਚੱਕੀ ਕੀ ਇਹ ਚ ਕੁਛ ਬਣਾਇਆ? ਅੱਛਾ, ਪੰਜਾਬੀ ਸਿੱਖ ਰਹੀ ਆ। ਇੱਕ ਭੈਣ ਪੰਜਾਬੀ ਸਿੱਖ ਰਹੀ ਆ, ਜਿਵੇਂ ਆ ਦੇਖੋ ਹਿੰਦੀ ਚ ਲਿਖਿਆ ਨਾਲ ਨਾਲ ਪੰਜਾਬੀ ਚ ਲਿਖਿਆ, ਪੰਜਾਬੀ ਦੇ ਲਗਾ ਮਾਤਰਾ ਸਿੱਖ ਰਹੀ ਆ ਭੈਣ। ਊੜਾ ਆੜਾ ਸਾਰਾ ਆਉਣ ਲੱਗ ਗਿਆ, ਊੜਾ ਆੜਾ ਸੁਣਾਓ। ਊੜਾ ਆੜਾ ਊੜਾ ਆੜਾ ਈੜੀ ਸੱਸਾ ਹਾ ਕੱਕਾ ਕੱਕਾ ਖੱਖਾ ਗੱਗਾ ਕਰ ਕੱਗਾ ਕਰ ਚੱਚਾ ਛੱਛਾ ਚੱਚਾ ਚੱਚੇ ਨੂੰ ਕੱਗੇ ਤੋਂ ਬਾਅਦ ਚੱਚਾ ਛੱਚਾ ਕੋਈ ਗੱਲ ਨੀ, ਤੂੰ ਪੂਰਾ ਸਿੱਖ ਲੈਣਾ, ਹੋਰ ਮਿਹਨਤ ਕਰਿਆ ਕਰ। ਸਤਿ ਸ੍ਰੀ ਅਕਾਲ ਲਿਖਣਾ ਆ ਗਿਆ ਤੈਨੂੰ? ਆਪ ਲਿਖਿਆ ਤੂੰ ਹੈ, ਸਤਿ ਸ੍ਰੀ ਅਕਾਲ ਹੈ, ਠੀਕ ਹੈ ਭੈਣਾ। ਬਸ ਪੜ੍ਹਨੇ ਕੋ ਆਤੇ ਤੇ ਕੋਈ ਇਧਰ ਲਿਖ, ਮੁਹਾਵਰੇ ਮੈਨੇ ਇਹ ਕਰਿਆ ਨਾ ਤੋ, ਲੇਕਿਨ ਬੋਲਨੇ ਕੋ ਆ ਰਹਾ ਹੈ, ਲੇਕਿਨ ਪੜ੍ਹਨੇ ਕੋ ਆ ਰਹਾ ਹੈ। ਦੇਖੀ ਦੇ ਲਿਖ ਕਹਾਂ ਗਏ ਹੋ? ਕੋਈ ਬਾਤ ਨੀ, ਆ ਧੰਨਵਾਦ, ਬਹੁਤ ਅੱਛੀ ਸ਼ਿਵਸ਼ਾਲਾ ਭੈਣ ਸਾਡੀ। ਸਤਿ ਸ੍ਰੀ ਅਕਾਲ ਮਨਦੀਪ, ਤਕੜੀ ਆ, ਲੈ ਚੱਲਾਂਗੇ ਬੇਟਾ, ਲੈ ਚੱਲਾਂਗੇ ਭਤੀਜੀ, ਤੈਨੂੰ ਲੈ ਚੱਲਾਂਗੇ ਭਤੀਜੀ, ਠੀਕ ਭਤੀਜੀ, ਲੈ ਕੇ ਜਾਓ ਜਲਦੀ, ਠੀਕ। ਸਤਿ ਸ੍ਰੀ ਅਕਾਲ ਭੈਣੇ ਆਸ਼ੂ ਭੈਣੇ। ਹਾਂ ਭਾਈ, ਆ ਤੇਰੇ ਬਾਲ ਕਿਵੇਂ ਕੀਤੇ? ਬਾਲ ਬਾ ਕੰਮ ਚਾਹੀਏ, ਕਿਆ ਕੰਮ ਕਰੋਗੇ? ਸੰਗੀਤਾ ਭੈਣੇ ਪੈਸੇ ਮਿਲੇਗੇ, ਕੰਮ ਤੇ ਲਗੋਗੀ ਤੋ ਸਭ ਕੁਛ ਮਿਲੇਗਾ, ਠੀਕ। ਬੁੱਲੇ ਨੂੰ ਕੰਮ ਦਿਓ, ਕੋਈ ਇਹ ਕਹਿੰਦੀ ਮੈਨੂੰ ਕੰਮ ਦਿਓ ਨਾਲ, ਹਾਂ ਇਹਨੂੰ ਕੰਮ ਤੇ ਲਾਓ ਕਿਸੇ, ਠੀਕ ਆ। ਇਹ ਪ੍ਰਗਿਆ ਭੈਣ ਆ, ਇਹ ਭੈਣ ਆਪਣੇ ਆਪ ਨੂੰ ਗੰਜਮ ਜ਼ਿਲ੍ਹਾ ਦੱਸਦੀ, ਗੰਜਮ ਓਡੀਸ਼ਾ ਦੀ ਦੱਸਦੀ ਹੈ ਭੈਣ। ਜੇ ਕੋਈ ਇਹਦਾ ਐਡਰੈਸ ਜਾਣਦਾ ਪਛਾਣਦਾ, ਇਹਦੀ ਮੰਮੀ ਨੀ ਲੱਭ ਰਹੀ ਸਾਨੂੰ, ਤੇ ਇਹ ਵੀ ਆਪਣੀ ਮਦਰ ਨੂੰ ਲੱਭ ਰਹੀ ਹੈ ਬੇਚਾਰੀ, ਤੇ ਮਾਂ ਲੱਭਣੀ ਆਪਾਂ, ਹਨਾ ਲੱਭ ਜਾਣੀ ਮੰਮੀ ਤੇਰੀ, ਅਸੀਂ ਲੱਭ ਕੇ ਦੇਵਾਂਗੇ। ਅੱਛਾ, ਲੱਭ ਕੇ ਦੇਵਾਂਗੇ, ਮਿਲੇਗੀ ਮਿਲੇਗੀ ਮੰਮੀ, ਠੀਕ ਹੈ। ਹਾਂ ਇਹਨੂੰ ਥੋੜਾ ਕੰਮ ਤੇ ਕਹਿੰਦੀ ਆ, ਮੈਨੂੰ ਕੰਮ ਦਿਓ ਕੋਈ ਥੋੜਾ ਬਹੁਤਾ ਕੰਮ ਦੇ ਦੇ, ਹਾਂ ਪੈਸੇ ਕੇ ਲਈ ਕੰਮ ਕਰਨ, ਫਿਰ ਇਹਨੂੰ ਮੰਥਲੀ ਪੈਸੇ ਦਿਆ ਕਰ। ਸਤਿ ਸ੍ਰੀ ਅਕਾਲ ਆਸ਼ੂ, ਕਿਵੇਂ ਆ? ਮੰਮੀ ਨੂੰ ਮਿਲਦਾ ਮਿਲਦਾ। ਚੱਲ ਹੁਣ ਇੱਧਰ ਅਸੀਂ ਨਾ ਅੱਖੇ ਲਾ ਕੇ ਮੰਮੀ, ਚੱਲ ਸਤਿ ਸ੍ਰੀ ਅਕਾਲ ਸ਼ੀਲਾ ਤਕੜੀ ਆ, ਸਤਿ ਸ੍ਰੀ ਅਕਾਲ ਦੀਦੀ।
ਆ ਬਾਲ ਕਿਵੇਂ ਖਿਲਾ ਰਹੇ ਆ? ਨਹਾ ਕੇ ਆਈ ਆ? ਕੇਸੀ ਨਹਾਤੀ ਆ? ਅਭੀ ਨਹਾਇਆ, ਅਭੀ ਨਹਾਇਆ, ਅਭੀ ਨਹਾ ਕੇ ਸ਼ੈਂਪੂ ਲਗਾਇਆ। ਹੋਰ ਭੈਣ ਠੀਕ ਆ? ਠੀਕ ਹੈ ਤੇਰੀ? ਠੀਕ ਹੈ ਜੀ। ਹੋਰ ਬਾਬੂ ਜੀ, ਇਹਨੂੰ ਸਾਡੀ ਬੈਲਜੀਅਮ ਵਾਲੀ ਮਾਤਾ ਛੱਡ ਕੇ ਗਈ ਆ, ਇਹਦੇ ਵੀ ਅੱਗੇ ਪਿੱਛੇ ਪਰਿਵਾਰ ਚ ਕੋਈ ਨੀ। ਦੀਦੀ ਆ ਰਹੀ ਹੈ, ਆ ਰਹੀ ਹੈ। ਇਹ ਸ਼ਫਾਲੀ ਭੈਣ ਨੂੰ ਯੂਪੀ ਤੋਂ ਲੈ ਕੇ ਆਏ ਸੀ, ਥੱਲੇ ਜ਼ਮੀਨ ਤੇ ਰੁੜਦੀ ਸੀ ਭੈਣ। ਤੇ ਇਹ ਨਾ ਜੀ ਅਸੀਂ ਘਰ ਬਣਾਇਆ ਬੱਚਿਆਂ ਵਾਸਤੇ, ਉਧਰ ਦੀ ਖੋਲੇ ਚੱਲ ਕੇ ਉਹਨੇ ਦੇਬੋ ਸਗੋਂ ਨੀ ਆ ਜਾ ਉਂਗਲੀ ਫਾਰਮੇ ਦੀ ਫਾਰਮ ਖੋਲੋ ਬਈ, ਖੜਕਾ ਦੇ, ਖੜਕਾ ਦੇ, ਖੜਕਾ ਕਰ ਦੇ, ਖੜਕਾ ਏਦਾਂ। ਹਾਂ ਹਾਂ ਮੇਰੀਆਂ ਮਿੱਤਰ ਖੁੱਲ ਗਿਆ, ਚਲੋ ਲਾਈਟਾਂ ਜਗਾ ਦੋ। ਸਤਿ ਸ੍ਰੀ ਅਕਾਲ ਸ਼ੀਲਾ, ਸਤਿ ਸ੍ਰੀ ਅਕਾਲ। ਇਹ ਬੱਚਿਆਂ ਵਾਸਤੇ ਬਣਾਇਆ ਜੀ ਅਸੀਂ, ਖਾਸ ਕਰਕੇ ਧੀਆਂ ਵਾਸਤੇ, ਬੱਚੀਆਂ ਵਾਸਤੇ ਲਾਈਟ ਹੈ ਨੀ। ਤੇ ਇਹ ਚੱਕ ਕੇ ਥੋੜਾ ਵਿੱਚ ਲਾ ਦੇ ਲਾਈਟ ਨੂੰ, ਇਹਦੇ ਵਿੱਚ ਮਹਾਰਾਣੀ ਜਿੰਦ ਕੌਰ ਸਿੱਖ ਸਮਰਾਜ ਦੀ ਆਖਰੀ ਰਾਣੀ, ਮਹਾਰਾਣੀ ਝਾਂਸੀ ਦੀ ਰਾਣੀ, ਸੁਤੰਤਰਤਾ ਸੈਨਾਨੀ, ਸਮਾਜਿਕ ਕਾਰਜਕਰਤਾ, ਮਦਰ ਟਰੇਸਾ, ਅਮ੍ਰਿਤਾ ਪ੍ਰੀਤਮ ਲੇਖਿਕਾ, ਲਤਾ ਮੰਗੇਸ਼ਕਰ ਗਾਇਕਾ, ਕਲਪਨਾ ਚਾਵਲਾ ਅੰਤਰਿਕਸ਼ ਯਾਤਰੀ, ਪੀ ਟੀ ਊਸ਼ਾ ਅਥਲੀਟ, ਤੇ ਹਰਮਨਪ੍ਰੀਤ ਕੌਰ ਕ੍ਰਿਕਟਰ। ਅੱਖਾਂ ਵਿੱਚ ਸਮੁੰਦਰ ਰੱਖ ਮੈਂ ਇਕਬਾਲ ਪੰਜਾਬ ਦਾ, ਪੰਜਾਬੀ ਦਾ, ਝੱਖੜ ਦੇ ਵਿੱਚ ਰੱਖ ਦਿੱਤਾ ਇਹ ਦੀਵਾ ਬਾਲ ਪੰਜਾਬੀ ਦਾ, ਜਿਹੜੇ ਆਖਣ ਵਿੱਚ ਪੰਜਾਬੀ ਤਾਕਤ ਨਹੀਂ, ਤਹਿਜੀਬ ਦੀ ਤਹਿਜੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬ ਦਾ, ਪੰਜਾਬੀ ਦਾ। ਜੇ ਪੂਰਾ ਕਰਨਾ ਖਾਬ ਨੂੰ ਤਾਂ ਰੱਖਿਓ ਨਾਲ ਕਿਤਾਬ ਨੂੰ। ਇਹ ਸਾਰਾ ਬੱਚਿਆਂ ਵਾਸਤੇ ਆ ਕਿ ਬੋਲੀਆਂ ਵਾ, ਪੰਜਾਬ ਦੀਆਂ ਉਪ ਬੋਲੀਆਂ ਵਾ, ਜਿਵੇਂ ਜਿਹੜੀਆਂ ਜਿਹੜੀਆਂ ਕਿੱਥੇ ਕਿੱਥੇ ਮਲਵਈ ਆ, ਜਿਹੜੀ ਲੁਧਿਆਣਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਫਿਰੋਜ਼ਪੁਰ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਸਿਰਸਾ, ਹਰਿਆਣਾ ਦੇ ਵਿੱਚ ਬੋਲੀ ਜਾਂਦੀ ਹੈ, ਤੇ ਦੁਆਬੀ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਚ ਬੋਲੀ ਜਾਂਦੀ ਹੈ, ਮਾਝੀ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਪਾਕਿਸਤਾਨ ਵਿੱਚ ਤੇ ਲਾਹੌਰ, ਸਿਆਲਕੋਟ ਚ ਬੋਲੀ ਜਾਂਦੀ ਹੈ। ਉੱਠ ਰਾਹੀ ਪਾਕਿਸਤਾਨ ਦੇ ਜੇਹਲਮ, ਰਾਵਲਪਿੰਡੀ ਤੇ ਕੈਮਲਪੁਰ ਚ ਬੋਲੀ ਜਾਂਦੀ, ਮੁਲਤਾਨੀ, ਬਹਾਵਲਪੁਰ, ਮੁਲਤਾਨ, ਝੰਗ ਅਤੇ ਡੇਰਾ ਗਾਜੀ ਖਾਨ ਦੇ ਵਿੱਚ ਬੋਲੀ ਜਾਂਦੀ, ਪੁਆਧੀ,
ਰੋਪੜ ਸ਼ਹਿਰ ਰੂਪਨਗਰ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਟਿਆਲੇ ਪੂਰਬੀ ਹਿੱਸਾ ਪਟਿਆਲੇ ਦਾ ਸੰਗਰੂਰ ਤੇ ਮਿਲਕੋਟਲੇ ਵੱਲ ਦਾ ਇਲਾਕਾ ਉੱਥੇ ਬੋਲੀ ਜਾਂਦੀ। ਡੋਗਰੀ ਜੰਮੂ ਅਤੇ ਕਸ਼ਮੀਰ ਦੇ ਵਿੱਚ, ਕਾਂਗੜ ਦੇ ਵਿੱਚ, ਹਿਮਾਚਲ ਦੇ ਵਿੱਚ ਬੋਲੀ ਜਾਂਦੀ। ਇਹ ਸਾਡੀਆਂ ਸਹਿ ਪੰਜਾਬੀ ਦੀਆਂ ਜਿਹੜੀਆਂ ਬੋਲੀਆਂ ਵਾ। ਇਧਰਲੇ ਪਾਸੇ ਵੀ ਐਵੇਂ ਬੱਚਿਆਂ ਵਾਸਤੇ ਕੁਛ ਚੰਗਾ, ਪਾਣੀ ਪਾਣੀ ਹੈ ਜੀਵਨ ਦਾ ਅਨਮੋਲ ਰਤਨ, ਇਸ ਨੂੰ ਬਚਾਉਣ ਦਾ ਕਰੋ ਯਤਨ। ਇਹ ਸਾਰੀਆਂ ਚੀਜ਼ਾਂ ਜੀ ਅਸੀਂ ਕਰੀਆਂ ਤੇ ਇਹ ਛੋਟੀਆਂ ਬੱਚੀਆਂ ਜਿਵੇਂ ਆਰਤੀ ਹੋਣੀ ਆ, ਸਾਕਸ਼ੀ ਹੋਣੀ ਆ, ਉਹਨਾਂ ਵਾਸਤੇ ਇਹ ਵਾਰਡ ਤਿਆਰ ਕੀਤੀ ਆ ਇਕੱਲੀਆਂ ਬੱਚੀਆਂ ਵਾਸਤੇ। ਇੱਥੇ ਸਾਨੂੰ ਕੱਲ ਵੀ ਅਸੀਂ ਬੇਨਤੀ ਕਰੀ ਸੀਗੀ ਪਹਿਲਾਂ ਵੀ ਬੈੱਡ ਬਣਾਉਣੇ ਆ ਬੱਚੀਆਂ ਦੇ, ਬੈੱਡਾਂ ਵਾਸਤੇ ਸਾਨੂੰ ਪਲਾਈਆਂ ਦੀ ਲੋੜ ਆ। ਤੇ ਦੇਵਦੱਤ ਜੀ ਨੇ ਖਰੜ ਤੋਂ, ਉਹਨਾਂ ਦਾ ਫੋਨ ਆਇਆ ਸੀ, ਉਹ ਕੁਛ ਪਲਾਈਆਂ ਭੇਜ ਰਹੇ ਨੇ ਪਰ ਹਜੇ ਵੀ ਇਹਨੇ 40 ਬੈੱਡ ਬਣਨੇ, ਉਹਦੇ ਵਾਸਤੇ ਪਲਾਈਆਂ ਨੀ ਪੂਰੀਆਂ ਹੋਈਆਂ ਜੀ। ਸਾਨੂੰ ਪਲਾਈ ਦੀ ਲੋੜ ਆ ਤੇ ਕੱਪ ਬੋਰਡ ਬਣਨੇ ਆ ਸਾਈਡਾਂ ਤੇ ਹਰੇਕ ਬੱਚੇ ਨੂੰ। ਹਾਂ ਹਾਂ ਅੱਖ ਲਾਓ ਤੇ ਕੱਪ ਬੋਰਡਾਂ ਦੇ ਵਿੱਚ ਜਿਹੜੇ ਪਲਾਈ ਲੱਗਣੀ ਆ ਉਹਦੀ ਵੀ ਲੋੜ ਆ ਸਾਨੂੰ। ਤੇ ਬੱਚਿਆਂ ਦੀ ਸਟੱਡੀ ਵਾਸਤੇ ਸਟੱਡੀ ਟੇਬਲ ਲੱਗਣੇ ਆ, ਉਹਨਾਂ ਨੂੰ ਵੀ ਬਣਾਉਣਾ, ਉਹਦੇ ਵਾਸਤੇ ਵੀ ਪਲਾਈ ਦੀ ਲੋੜ ਆ। ਜੇ ਭੈਣ ਭਰਾ ਕੋਈ ਸਾਡੀ ਆਵਾਜ਼ ਨੂੰ ਸੁਣਦੇ ਆ ਤਾਂ ਜ਼ਰੂਰ ਪਲਾਈਆਂ ਦੀ ਸੇਵਾ ਕਰਾਇਓ। ਬਿੱਡਾਂ ਦਾ ਸਰਮਾਇਕਾ ਚਾਹੀਦਾ, ਪਲਾਈਆਂ ਚਾਹੀਦੀਆਂ, ਸਾਰੀਆਂ ਜ਼ਰੂਰਤਾਂ ਇਸ ਪਾਸੇ ਸੁਪਨਿਆਂ ਦੇ ਘਰ ਸਾਡੀਆਂ ਮਾਵਾਂ ਦੇ। ਅਸੀਂ ਇੱਧਰ ਜਿੰਦਾ ਲਾ ਕੇ ਰੱਖਦੇ ਹਾਂ ਵੀ ਇੱਧਰਲੇ ਪਾਸਿਓਂ ਬੀਬੀਆਂ ਕੋਈ ਇੱਧਰ ਨਾ ਚਲੇ ਜਾਵੇ।